ਸਤਿ ਸ਼੍ਰੀ ਅਕਾਲ ਜੀ, ਬੰਦ ਕਮਰੇ ਦੇ ਦਾਸਤਾਨ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਕਸਰ ਦੱਸਦੀ ਹਾਂ ਕਿ ਉਹ ਪ੍ਰੋਗਰਾਮ ਹੈ ਜਿਹੜਾ ਕਿ ਅਸੀਂ ਸ਼ੁਰੂ ਕੀਤਾ ਤੁਹਾਡੇ ਲਈ। ਘਰਾਂ ਦੇ ਵਿੱਚ ਤੁਸੀਂ ਸਾਰੇ ਲੋਕ ਬੈਠੇ ਹੋ, ਕਿਵੇਂ ਦਾ ਫੀਲ ਕਰ ਰਹੇ ਹੋ, ਕੀ ਕੁਛ ਨਵਾਂ ਕਰ ਰਹੇ ਹੋ ਜਾਂ ਕੀ ਕੁਛ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਿਹਾ, ਉਹ ਸਾਰਾ ਤੁਸੀਂ ਸਾਡੇ ਨਾਲ ਸ਼ੇਅਰ ਕਰਦੇ ਹੋ। ਉਹ ਜਾਣਨ ਦੇ ਲਈ ਹੀ ਅਸੀਂ ਜਿਹੜਾ ਇਹ ਪ੍ਰੋਗਰਾਮ ਹੈ ਉਹ ਅਸੀਂ ਰੱਖਿਆ ਹੋਇਆ। ਸੋ ਇੱਕ ਵਾਰੀ ਸਭ ਨੂੰ ਦੱਸ ਦੇਵਾਂ ਜੀ ਕਿ ਇਹ ਉਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਤੁਸੀਂ ਘਰ ਬੈਠਿਆ ਹੀ ਆਪਣੀ ਇੱਕ ਵੀਡੀਓ ਬਣਾਉਣੀ ਹੈ ਕਿ ਤੁਸੀਂ ਘਰ ਦੇ ਵਿੱਚ ਬੈਠ ਕੇ ਕਿੱਦਾਂ ਦਾ ਫੀਲ ਕਰ ਰਹੇ ਹੋ, ਜੇ ਕੁਛ ਨਵਾਂ ਕਰ ਰਹੇ ਹੋ ਤਾਂ ਉਹਦੇ ਬਾਬਤ ਦੱਸਣਾ ਜਾਂ ਕੁਛ ਸਾਡੇ ਜ਼ਰੀਏ ਸਮਾਜ ਨੂੰ ਕਹਿਣਾ ਚਾਹੁੰਦੇ ਹੋ ਉਹਦੇ ਬਾਬਤ ਦੱਸਣਾ। ਅਤੇ ਜਿਹੜਾ ਨੰਬਰ ਹੈ ਉਹ ਹੈਗਾ 70096956601, ਜਿਸ 'ਤੇ ਤੁਸੀਂ ਆਪਣੀ ਜਿਹੜੀ ਵੀਡੀਓ ਹੈ ਉਹ ਭੇਜਣੀ ਹੈ। ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਵੀਡੀਓਜ਼ ਦੀ। ਨੰਨੇ ਨੰਨੇ ਬੱਚਿਆਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਆਈਆਂ ਹੋਈਆਂ ਨੇ, ਅਤੇ ਆਓ ਫਿਰ ਆਪਾਂ ਵੇਖਦੇ ਹਾਂ ਕਿ ਬੱਚਿਆਂ ਦਾ ਕਰੋਨਾ ਵਾਇਰਸ ਬਾਰੇ ਕੀ ਕਹਿਣਾ, ਅਤੇ ਨਾਲ ਹੀ ਬੱਚਿਆਂ ਦਾ ਘਰ ਬੈਠ ਕੇ ਟਾਈਮ ਪਾਸ ਕਿੱਦਾਂ ਹੋ ਰਿਹਾ ਉਹ ਵੀ ਜਾਣਦੇ ਹਾਂ। ਹੈਲੋ, ਮੇਰਾ ਨਾਮ ਐਮੀ ਹੈ ਅਤੇ ਮੈਂ ਮਾਨਸਾ ਵਿੱਚ ਰਹਿਣੀ ਹੈ। ਸਾਨੂੰ ਪਤਾ ਹੈ ਕਿ ਆਪਣੇ ਦੇਸ਼ ਵਿੱਚ ਕਰਫਿਊ ਲੱਗਿਆ ਹੋਇਆ ਹੈ ਕਰੋਨਾ ਵਾਇਰਸ ਦੀ ਬਿਮਾਰੀ ਨਾਲ, ਅਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਦਾ ਘਰ ਟਾਈਮ ਪਾਸ ਕਿਵੇਂ ਕਰਦੀ ਹਾਂ। ਮੈਂ ਆਪਦੇ ਟੋਇਜ਼ ਨਾਲ ਖੇਡਦੀ ਹਾਂ, ਆਪਦੇ ਮੰਮਾ ਦੀ ਹੈਲਪ ਕਰਦੀ ਹਾਂ ਕਿਚਨ ਵਿੱਚ, ਆਪਦੇ ਪਾਪਾ ਨਾਲ ਖੇਡਦੀ ਹਾਂ, ਨਾਲੇ ਮੈਂ ਆਪਦੇ ਸਕੂਲ ਨੂੰ ਬਹੁਤ ਮਿਸ ਕਰਦੀ ਹਾਂ, ਅਤੇ ਮੈਂ ਕਦੇ ਕਦੇ ਆਪਦੇ ਸਕੂਲ ਬੁੱਕਸ ਪੜ੍ਹਦੀ ਹਾਂ। ਅਤੇ ਮੈਂ ਸਿਰਫ ਇਹੀ ਕਹੂੰਗੀ ਕਿ ਆਪਦੇ ਘਰ ਵਿੱਚ ਰਹੋ ਅਤੇ ਸੇਫ ਰਹੋ। ਮੈਂ ਪਰਵਿੰਦਰ ਸਿੰਘ ਤੁਹਾਨੂੰ ਦੱਸਣਾ ਜਾ ਰਿਹਾ ਕਰੋਨਾ ਵਾਇਰਸ ਬਾਰੇ। ਜਿਹੜੇ ਬੱਚਿਆਂ ਨੂੰ ਵੀ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ, ਜਿਹੜੇ ਬੱਚਿਆਂ ਦੇ ਪੜ੍ਹਾਈ 'ਤੇ ਬਹੁਤ ਅਸਰ ਪੈ ਰਿਹਾ ਹੈਗਾ। 5ਵੀਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ, ਇਸ ਉਹਨਾਂ ਦੀ ਪੜ੍ਹਾਈ 'ਤੇ ਬਹੁਤ ਅਸਰ ਪੈ ਰਿਹਾ। ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਘਰ ਆਪਣੇ ਘਰਾਂ ਵਿੱਚ ਰਹੋ, ਕਿਉਂਕਿ ਇਹ ਵਾਇਰਸ ਚੌਵੀ ਘੰਟਿਆਂ ਵਿੱਚ ਆਪਣੇ ਆਪ ਨੂੰ ਖੁਦ ਹੀ ਖਤਮ ਕਰ ਲੈਂਦਾ ਹੈ। ਇਹ ਪਿਆਰੇ ਪਿਆਰੇ ਬੱਚੇ ਬੜੇ ਹੀ ਸਵੀਟ ਸੀਗੇ, ਅਤੇ ਇੱਕ ਨੇ ਤਾਂ ਇਹੀ ਕਹਿ ਦਿੱਤਾ ਕਿ ਕਰੋਨਾ ਵਾਇਰਸ ਇਹੋ ਜਿਹਾ ਵਾਇਰਸ ਹੈ ਜਿਹੜਾ ਕਿ 24 ਘੰਟਿਆਂ ਦੇ ਵਿੱਚ ਆਪੇ ਮਰ ਜਾਂਦਾ। ਸੋ ਬੱਚਿਆਂ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਕੁਛ ਹੈ। ਕੋਈ ਬੱਚਾ ਇਸਨੂੰ ਕੁਛ ਦੱਸਦਾ ਹੈ, ਕੋਈ ਬੱਚਾ ਇਸਨੂੰ ਕੁਛ ਦੱਸਦਾ ਹੈ, ਕਿਉਂਕਿ ਘਰ ਦੇ ਵਿੱਚ ਅਸੀਂ ਮਾਹੌਲ ਇੱਦਾਂ ਦਾ ਬਣਾ ਕੇ ਰੱਖਿਆ ਹੋਇਆ ਕਿ ਮਾਹੌਲ ਬਣਨਾ ਬਣਦਾ ਵੀ ਹੈ, ਕਿਉਂਕਿ ਸਾਡੇ ਸਮਾਜ ਦੇ ਵਿੱਚ ਉਹ ਸਾਰਾ ਕੁਛ ਚੱਲ ਰਿਹਾ, ਸਭ ਕੁਛ ਬੰਦ ਹੈ, ਜਿਸ ਦੇ ਕਰਕੇ ਬੱਚਿਆਂ ਨੂੰ ਵੀ ਲੱਗਦਾ ਕਿ ਸਾਡੇ ਸਕੂਲ ਬੰਦ ਨੇ, ਸਾਡੇ ਪਾਪਾ ਆਫਿਸ ਨਹੀਂ ਜਾ ਰਹੇ, ਸਾਡੇ ਮੰਮਾ ਆਫਿਸ ਨਹੀਂ ਜਾ ਰਹੇ, ਸਾਰੇ ਲੋਕ ਘਰ ਦੇ ਵਿੱਚ ਹੀ ਬੈਠੇ ਰਹਿੰਦੇ ਨੇ, ਕਿ ਕੁਛ ਹੈ, ਹੈ ਨਾ। ਅਸੀਂ ਬੱਚਿਆਂ ਨੂੰ ਬਾਹਰ ਖੇਡਣ ਨਹੀਂ ਦੇ ਰਹੇ, ਗੇਟ ਬੰਦ ਕਰਕੇ ਅੰਦਰ ਰੱਖਦੇ ਹਾਂ, ਤਾਂ ਉਹਨਾਂ ਨੂੰ ਲੱਗਦਾ ਕਿ ਕਰੋਨਾ ਵਾਇਰਸ ਹੈ ਜਿਹੜਾ ਉਹ ਪਤਾ ਨਹੀਂ ਕੀ ਹੈ, ਪਤਾ ਨਹੀਂ ਕੀ ਕਰ ਦੇਗਾ। ਸੋ ਸਭ ਨੂੰ ਰਿਕੁਐਸਟ ਹੈ ਕਿ ਬੱਚਿਆਂ ਦੇ ਦਿਮਾਗ 'ਤੇ ਜ਼ਿਆਦਾ ਪ੍ਰੈਸ਼ਰ ਨਾ ਬਣਾਓ, ਉਹਨਾਂ ਦੇ ਨਾਲ ਵਧੀਆ ਵਧੀਆ ਗੱਲਾਂ ਕਰਿਆ ਕਰੋ, ਉਹਨਾਂ ਨੂੰ ਥੋੜ੍ਹਾ ਵਧੀਆ ਮਾਹੌਲ ਦਿਓ, ਤਾਂ ਕਿ ਉਹ ਇਹਨਾਂ ਚੀਜ਼ਾਂ ਤੋਂ ਨਾ ਘਬਰਾਉਣ। ਜ਼ਰੂਰੀ ਹੈ ਡਰ, ਕਿਉਂਕਿ ਡਰ ਨਾਲ ਬੱਚਾ ਅੰਦਰ ਬੈਠਦਾ, ਨਹੀਂ ਤਾਂ ਸਾਰੇ ਬੱਚੇ ਬਾਹਰ ਨੂੰ ਭੱਜਦੇ ਨੇ। ਖੈਰ, ਉਸ ਤੋਂ ਬਾਅਦ ਅਸੀਂ ਅਗਲੀ ਵੀਡੀਓ ਵੱਲ ਚੱਲਦੇ ਹਾਂ ਅਤੇ ਦੇਖਦੇ ਹਾਂ ਕਿ ਉਸ ਵੀਡੀਓ ਦੇ ਵਿੱਚ ਕੀ ਹੈ ਖਾਸ। ਮਾਸਕ ਪਾ ਕੇ ਰੱਖਣਾ ਚਾਹੀਦਾ ਹੈ, ਵਿਚਾਰ ਅੰਦਰ ਘਰਾਂ 'ਚ ਆਪਦੇ ਅੰਦਰ ਲੋਕਡਾਊਨ ਹੋ ਕੇ ਰਹਿਣਾ ਚਾਹੀਦਾ ਹੈ। ਜੇ ਕਿਸਾਨਾਂ ਦੀਆਂ ਫਸਲਾਂ ਹੋਣਗੀਆਂ ਤਾਂ ਸਵੇਰੇ ਜਾਓ, ਖੇਤ ਬੈਠੋ, ਦੂਰ ਦੂਰੀ 'ਤੇ ਬਹਿ ਕੇ ਖਾਣਾ ਪਾਣਾ ਪਾਓ, 1 ਮੀਟਰ ਦਾ ਫਾਸਲਾ ਰੱਖੋ, ਅਤੇ ਵੱਧੋ ਵੱਧ ਜਿੰਨਾ ਆਪਾਂ ਦੀ ਸੇਫਟੀ ਰੱਖਾਂਗੇ ਓਨਾ ਹੀ ਫਾਇਦਾ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸਾਨ ਵੀ ਬਹੁਤ ਹੀ ਔਖਾਈ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਫਸਲ ਪੱਕੀ ਪਈ ਹੈ, ਸਰਮਾਂ ਆ ਰਹੀਆਂ ਨੇ, ਖੇਤ ਜਾਣ ਤੋਂ ਪਰੇਸ਼ਾਨ ਹੈ, ਪ੍ਰਸ਼ਾਸਨ ਬਹੁਤ ਗੇੜੇ ਮਾਰਦਾ, ਇਸ ਕਰਕੇ ਹੁਣ ਤਾਂ ਖੈਰ ਸਾਡੀ ਖਾਤਰ ਹੀ ਕਰਦੇ ਹਨ, ਪਰ ਖੇਤੀਬਾੜੀ ਦਾ ਬਹੁਤ ਕੰਮ ਰੁਕਿਆ ਪਿਆ ਹੈ। ਬਾਕੀ ਜੋ ਦਿਹਾੜੀਦਾਰ ਬੰਦੇ ਨੇ ਉਹ ਜਿਹਨੇ ਦਿਹਾੜੀ ਕਰਕੇ ਹੀ ਖਾਣੀ ਹੈ, ਉਹਨਾਂ ਦਾ ਕੰਮ ਠੱਪ ਠਾਪ ਹੋਇਆ ਪਿਆ। ਅਸੀਂ ਸੁਣੀ ਇਹਨਾਂ ਵੀਰਾਂ ਦੀ ਦਾਸਤਾਨ, ਜਿਨ੍ਹਾਂ ਨੇ ਕਿਹਾ ਹੈ ਕਿ ਦਿਹਾੜੀਦਾਰਾਂ ਦਾ ਕੰਮ ਨਹੀਂ ਚੱਲ ਰਿਹਾ, ਜਿਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਦੀ ਜਿਹੜੀ ਕਣਕ ਹੈ ਉਹ ਵੱਢਣ 'ਤੇ ਆਈ ਹੋਈ ਹੈ, ਪਰ ਕੋਈ ਚਾਰਾ ਨਹੀਂ ਲੱਭ ਰਿਹਾ। ਖੈਰ, ਕੀ ਕਰ ਸਕਦੇ ਹਾਂ ਜੀ, ਸਭ ਨੇ ਆਪਣਾ ਆਪਣਾ ਧਿਆਨ ਰੱਖਣਾ, ਰੱਬ ਸਭ ਦਾ ਭਲਾ ਕਰੇਗਾ। ਸੋ ਰੱਬ ਸਭ ਦਾ ਭਲਾ ਕਰੇਗਾ, ਇਸੇ ਹੀ ਅਰਦਾਸ ਦੇ ਨਾਲ ਇੱਕ ਹੋਰ ਵੀਡੀਓ ਜਿਹੜੀ ਉਹ ਤੁਹਾਨੂੰ ਦਿਖਾਉਂਦੇ ਹਾਂ। ਜੋ ਵੀ ਕਰੋਨਾ ਵਾਇਰਸ ਦਾ ਕਹਿਰ ਚੱਲ ਰਿਹਾ, ਸੱਚੇ ਪਾਤਸ਼ਾਹ ਸਭ ਦੁਨੀਆਂ 'ਤੇ ਠੰਡ ਵਰਦਾ ਹੀ ਵਾਹਿਗੁਰੂ,
ਸਬਕ ਤੇਰੇ ਕੇ ਹੀ ਅਰਦਾਸਾਂ ਨੇ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀਆਂ ਦੇਣ ਕਿ ਉਹ ਵੀ ਬੱਚੇ ਬਾਹਰ ਰਹਿ ਰਹੇ ਫੌਜੀ ਪੁਲਿਸ ਵਾਲੇ ਬੱਚੇ ਪਰਦੇਸਾਂ 'ਚ ਨੇ ਸਭ ਨੂੰ ਤੰਦਰੁਸਤੀਆਂ ਦੇਣ ਸੱਚੇ ਪਾਤਸ਼ਾਹ ਮਾਪਿਆਂ ਨੂੰ ਕਿਸੇ ਦਾ ਦੁੱਖ ਨਾ ਦਿਖਾਈ ਨਾ ਬੱਚਿਆਂ ਨੂੰ ਮਾਪਿਆਂ ਦਾ ਦੁੱਖ ਦਿਖਾਈ ਵਾਹਿਗੁਰੂ ਜਿਵੇਂ ਵੀ ਇਹ ਹਵਾ ਵਿੱਚ ਕਰੋਨਾ ਵਾਇਰਸ ਆਈ ਹੈ ਇਵੇਂ ਜੀ ਪੂਰੀ ਹਵਾ 'ਚ ਉੱਡ ਜਾਵੇ ਕੀੜੀ ਦੀ ਚਾਲ ਆਈ ਹੈ ਘੋੜੇ ਦੀ ਚਾਲ ਉੱਡ ਜਾਵੇ ਸੱਚੇ ਪਾਤਸ਼ਾਹ ਤੰਦਰੁਸਤੀਆਂ ਦੇ ਸਭ ਨੂੰ ਘਰੇ ਬੈਠੇ ਹਾਂ ਚੁੱਪ ਕਰੇ ਲੋਕਡਾਊਨ ਲਾ ਰੱਖਿਆ ਇਹ ਵਾਹਿਗੁਰੂ ਇਹ ਪਰਮਾਤਮਾ ਜੋ ਵੀ ਵਿਚਾਰੇ ਗਰੀਬ ਆਪਦੇ ਕਮਾ ਕੇ ਲਿਆਉਂਦੇ ਅਤੇ ਸ਼ਾਮ ਨੂੰ ਖਾਂਦੇ ਸੀ ਉਹ ਘਰੇ ਚੁੱਪ ਕਰਕੇ ਬੈਠੇ ਨੇ ਜੇ ਉਹ ਵੀ ਕਿਸੇ ਤੋਂ ਤਿਲ ਫੁੱਲ ਗਰੀਬਾਂ ਵਾਸਤੇ ਹੁੰਦਾ ਹੈ ਸਹਾਇਤਾ ਸਭ ਕਰੋ ਇੱਕ ਮਾਤਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਅਤੇ ਮਾਤਾ ਨੇ ਕਿਹਾ ਹੈ ਕਿ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਠੀਕ ਰਹਿਣ ਅਤੇ ਮਾਤਾ ਨੇ ਕਿਹਾ ਕਿ ਪੁਲਿਸ ਵਾਲੇ ਆਰਮੀ ਦੇ ਵਿੱਚ ਨੇ ਜਿਹੜੇ ਜਾਂ ਜਿਹੜੇ ਡਾਕਟਰ ਨੇ ਜਾਂ ਜਿਹੜੇ ਜੋ ਵੀ ਜਿਹੜੀ ਮਨੁੱਖਤਾ ਦੀ ਸੇਵਾ ਦੇ ਲਈ ਜਿੰਨੇ ਵੀ ਲੋਕ ਨੇ ਜਿਹੜੇ ਉਹ ਕੰਮ ਕਰ ਰਹੇ ਨੇ ਰੱਬ ਸਾਰਿਆਂ ਨੂੰ ਸੁਰੱਖਿਅਤ ਰੱਖੇ ਇਸ ਬਿਮਾਰੀ ਤੋਂ ਦੂਰ ਰੱਖੇ ਸੋ ਅਗਲੀ ਵੀਡੀਓ 'ਚ ਜਿਹੜੀ ਉਹ ਇਸ ਬਾਬਤ ਹੈ ਕਿ ਕਣਕ ਦੀ ਵਾਢੀ ਨੇੜੇ ਹੈ ਇਸ ਦੇ ਲਈ ਜਿਹੜੇ ਕਿਸਾਨ ਨੇ ਉਹ ਆਪਣੇ ਆਪਣੇ ਔਜ਼ਾਰਾਂ ਦਾ ਜਿਹੜਾ ਜੁਗਾੜ ਹੈ ਉਹ ਕਰ ਰਹੇ ਨੇ ਪਰ ਮਿਸਤਰੀਆਂ 'ਤੇ ਉਹਨਾਂ ਨੇ ਜਿਹੜਾ ਪ੍ਰੈਸ਼ਰ ਹੈ ਉਹ ਬਣਾ ਕੇ ਰੱਖਿਆ ਹੋਇਆ ਸੋ ਉਹਨਾਂ ਦਾ ਕੀ ਕਹਿਣਾ ਉਹ ਵੀ ਜਾਣ ਲੈਂਦੇ ਹਾਂ ਜੋ ਮਾਹੌਲ ਹੈ ਕਰੋਨਾ ਵਾਇਰਸ ਕਰਕੇ ਦੁਕਾਨਾਂ ਬੰਦ ਹੈ ਇਹ ਸਾਡੇ ਵੀਰੂ ਸਿੰਘ ਮਿਸਤਰੀ ਜੀ ਟਰਾਲੀ ਪੂਰੀ ਕਰਨ ਰਹੇ ਜੀ ਤਾਂ ਪੁਲਿਸ ਵਾਲੇ ਇਹਨਾਂ ਨੂੰ ਕਹਿੰਦੇ ਤੁਸੀਂ ਟਰਾਲੀ ਚੱਕ ਕੇ ਲੈ ਜਾਂਗੇ ਸਾਨੂੰ 2 ਘੰਟਿਆਂ ਦੀ ਮੁਹਲਤ ਦਿੱਤੀ ਜਾਵੇ ਤਾਂ ਜੋ ਇਹ ਟਰਾਲੀ ਪੂਰੀ ਕਰਕੇ ਘਰੇ ਲਿਜਾਈ ਜਾਵੇ ਵੀਰੂ ਬੋਲ ਵਾਲਿਆ ਤੁਸੀਂ ਵੀ ਵੀਰੂ ਟਰਾਲੀ ਪੂਰੀ ਕਰ ਘੱਟ ਕਾਲ ਕਰਿਆ ਜੀ ਵੀ ਟਰਾਲੀ ਸਾਡੀ ਦਵਾ ਦਾ ਬਣਾਓ ਜੀ ਅਤੇ ਅਸੀਂ ਬਣਾ ਰਹੇ ਜੀ ਅਸੀਂ ਜੀ ਪੁਲਿਸ ਵਾਲੇ ਨੂੰ ਬੰਦ ਕਰਾਉਂਦੇ ਜਾ ਕੇ ਜੀ ਦਵਾ ਕਹਿੰਦੇ ਬੰਦ ਕਰੋ ਦੁਕਾਨਾਂ ਜੀ ਠੀਕ ਹੈ ਤੁਸੀਂ ਵੇਖਿਆ ਕਿ ਬੜੀ ਕਾਹਲੀ ਲੱਗੀ ਹੋਈ ਹੈ ਉਹਨਾਂ ਨੂੰ ਟਰਾਲੀ ਬਣਾਉਣ ਦੀ ਅਤੇ ਕਹਿ ਰਹੇ ਨੇ ਕਿ ਜੇਕਰ ਸਾਨੂੰ ਪੁਲਿਸ ਵਾਲੇ ਜਾਂ ਸਾਨੂੰ ਪ੍ਰਸ਼ਾਸਨ ਥੋੜ੍ਹੀ ਜਿਹੀ ਢਿੱਲ ਦੇ ਦੇਵੇ ਤਾਂ ਅਸੀਂ ਫਟਾਫਟ ਕੰਮ ਨਿਬੇੜ ਦਈਏ ਕਿਉਂਕਿ ਸਾਡੇ 'ਤੇ ਬਹੁਤ ਪ੍ਰੈਸ਼ਰ ਹੈ ਕਿ ਅਸੀਂ ਟਰਾਲੀ ਟਾਈਮ ਸਿਰ ਬਣਾ ਕੇ ਦੇਣੀ ਹੈ ਸੋ ਹੋਰ ਨੌਜਵਾਨ ਨੇ ਉਹਨਾਂ ਦਾ ਕੀ ਕਹਿਣਾ ਆਓ ਜਾਣਦੇ ਹਾਂ ਵਧੀਆ ਗੱਲ ਹੈ ਜੀ ਲੋਕ ਆਪੋ ਆਪਣੇ ਘਰਾਂ 'ਚ ਬੈਠੇ ਆ ਕਰੋਨਾ ਬਾਰੇ ਜੀ ਮੈਂ ਗਰੀਬ ਬੰਦਾ ਦਿਹਾੜੀ ਰੁਕੀ ਪਈ ਹੈ ਕੋਈ ਕੰਮ ਨਹੀਂ ਚੱਲ ਹੁਣ ਤਾਂ ਵਧੀਆ ਕਰਿਆ ਜੀ ਜਿਹੜੇ ਲੋਕ ਆਪੋ ਆਪਣੇ ਘਰਾਂ 'ਚ ਬੈਠੇ ਹੈਗੇ ਬਹੁਤ ਵਧੀਆ ਗੱਲ ਹੈ ਜੀ ਲੋਕਾਂ ਬਾਰੇ ਗੱਲ ਕਰ ਲੋਕ ਸਮਝ ਨਹੀਂ ਰਹੇ ਪਰਮਾਤਮਾ ਨੇ ਬਥੇਰਾ ਸਮਝਾਉਂਦਾ ਹੈਗਾ ਅਤੇ ਲੋਕ ਸਮਝਦੇ ਨਹੀਂ ਗੇ ਜੀ ਬਹੁਤ ਵਧੀਆ ਗੱਲ ਹੈ ਜੀ ਇਹ ਅਤੇ ਦਿਹਾੜੀ ਨਹੀਂ ਲੱਗਦੀ ਗਰੀਬ ਬੰਦੇ ਨੇ ਬਹੁਤ ਔਖਾ ਹੋਇਆ ਪਿਆ ਜੀ ਘਰਾਂ 'ਚ ਬੈਠੇ ਆ ਬੱਚੇ ਝਾਕੀ ਜਾਂਦੇ ਹੈਗੇ ਪੈਸੇ ਧੇਲੀ ਬਿਨਾਂ ਬਹੁਤ ਮੁਸ਼ਕਲ ਦੀ ਗੱਲ ਹੋਈ ਪਈ ਹੈ ਜੀ ਇਹ ਮੈਂ ਮਨਪ੍ਰੀਤ ਸਿੰਘ ਅਤੇ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਲੋਕਡਾਊਨ ਚੱਲ ਰਿਹਾ ਹੈਗਾ ਵੀ ਲੋਕਡਾਊਨ ਤਾਂ ਵੈਸੇ ਵਧੀਆ ਕਿਹੜਾ ਬਿਮਾਰੀ ਦੇ ਰੋਕ ਸਾਹਮਣੇ ਜਿਹੜਾ ਮੋਦੀ ਨੇ ਫੈਸਲਾ ਲਿੱਤਾ ਹੈ ਪਰ ਇਹਦੇ ਕਰਕੇ ਜਿਹੜਾ ਸਾਡਾ ਆਮ ਲੋਕ ਜਿਹੜੇ ਪ੍ਰਾਈਵੇਟ ਨੌਕਰੀ ਕਰਦਾ ਜਾਂ ਗਰੀਬ ਲੋਕ ਦਿਹਾੜੀ ਕਰਦੇ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਹੈਗਾ ਅਤੇ ਜਿਹੜੇ ਮਾੜੀ ਮੋਟੀ ਸੇਵਿੰਗ ਸੀ ਉਹ ਵੀ ਹੁਣ 10-15 ਦਿਨਾਂ ਵਿੱਚ ਚੱਲ ਚੁੱਕੀ ਹੈ ਜਿਸ ਕਰਕੇ ਸਾਡੇ ਕੋਲ ਪੈਸੇ ਦੀ ਦਿੱਕਤ ਆ ਰਹੀ ਹੈ ਅਤੇ ਹਜੇ ਕੋਈ ਤਾਂ ਪਤਾ ਨਹੀਂ ਕਦੋਂ ਖੁੱਲ੍ਹਣਾ ਹੈਗਾ ਇਸ ਕਰਕੇ ਸਾਡੀ ਕੋਈ ਨਾ ਕੋਈ ਮਦਦ ਕੀਤੀ ਜਾਵੇ ਤੁਸੀਂ ਥੋੜ੍ਹੀ ਇਹਨਾਂ ਨੌਜਵਾਨਾਂ ਦੀ ਪੁਕਾਰ ਜਿਹੜੇ ਕਹਿ ਰਹੇ ਨੇ ਕਿ ਬੇਸ਼ੱਕ ਬਹੁਤ ਔਖ ਦੀ ਘੜੀ ਹੈ ਭਾਵੇਂ ਅਸੀਂ ਘਰਾਂ ਦੇ ਵਿੱਚ ਹੱਥ 'ਤੇ ਹੱਥ ਧਰ ਕੇ ਬੈਠੇ ਹੋਏ ਹਾਂ ਕੰਮ ਕਾਰ ਕੋਈ ਨਹੀਂ ਹੈ ਪਰ ਫਿਰ ਵੀ ਸਾਰੇ ਜਾਣੇ ਆਪਣੇ ਘਰਾਂ ਦੇ ਵਿੱਚ ਸੇਫ ਰਹੋ ਕਿ ਅਸੀਂ ਕਿਸੇ ਨਵੀਂ ਮੁਸੀਬਤ ਨੂੰ ਜਿਹੜਾ ਆਪਣੇ ਗਲ ਨਾ ਪਾ ਲਈਏ ਸੋ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਕੀ ਹੈ ਚਲੋ ਫਿਰ ਅੱਗੇ ਜਾਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋਨਾ ਵਰਗੀ ਭਿਆਨਕ ਬਿਮਾਰੀ ਜੋ ਅੰਤਰਰਾਸ਼ਟਰੀ ਪੱਧਰ 'ਤੇ ਫੈਲੀ ਹੋਈ ਹੈ ਇਹਦੇ ਖਿਲਾਫ ਦੁਨੀਆ ਭਰ ਦੇ ਦੇਸ਼ ਜਿਹੜੇ ਨੇ ਆਪਣਾ ਆਪਣਾ ਬਣਦਾ ਰੋਲ ਅਦਾ ਕਰ ਰਹੇ ਨੇ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਖਾਲਸਾ ਪੰਥ ਦੀ ਇੱਕ ਗੌਰਵਮਈ ਸੰਸਥਾ ਕਲਗੀਧਰ ਟਰੱਸਟ ਬੜੂ ਸਾਹਿਬ ਜਿਹੜੇ 129 ਅਕੈਡਮੀਆਂ ਦੇਸ਼ ਦੇ ਅੰਦਰ ਚਲਾ ਰਹੇ ਹਨ ਉਹਨਾਂ ਵੱਲੋਂ ਉਚੇਚੇ ਤੌਰ 'ਤੇ ਕਰੋਨਾ ਵਰਗੀ ਭਿਆਨਕ ਬਿਮਾਰੀ ਦੇ ਸਮੇਂ ਪੰਜਾਬ ਹਰਿਆਣਾ ਹਿਮਾਚਲ ਯੂਪੀ ਦਿੱਲੀ ਵਰਗੀਆਂ ਸਰਕਾਰਾਂ ਨੂੰ ਉਚੇਚੇ ਤੌਰ 'ਤੇ ਚਿੱਠੀ ਲਿਖ ਕੇ ਇਹ ਬੇਨਤੀ ਕੀਤੀ ਗਈ ਹੈ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੀਆਂ ਜਿੰਨੀਆਂ ਵੀ ਅਕੈਡਮੀਆਂ ਨੇ ਜਿਹੜੀਆਂ ਅਕਾਲ ਅਕੈਡਮੀ ਦੇ ਨਾਂ ਥੱਲੇ ਚੱਲਦੀਆਂ ਨੇ ਉਹਨਾਂ ਦੀਆਂ ਸਾਰੀਆਂ ਇਮਾਰਤਾਂ ਇਸ ਗੱਲ ਲਈ ਖੁੱਲ੍ਹੀਆਂ ਹਨ ਕਿ ਜੇ ਆਰਜੀ ਹਸਪਤਾਲ ਖੜ੍ਹੇ ਕਰਨੇ ਨੇ ਬਣਾਉਣੇ ਨੇ ਤਾਂ ਸਰਕਾਰ ਉਹਨਾਂ ਦੀ ਵਰਤੋਂ ਕਰ ਸਕਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਉਚੇਚੇ ਤੌਰ 'ਤੇ ਸਰਕਾਰਾਂ ਨੂੰ ਇਹ ਵੀ ਬੇਨਤੀ ਕੀਤੀ ਹੈ
कि जिथे कितने लोड़वंद लोगों लंगर की जरूरत है करंगीता ट्रस्ट बड़ू साहब दिया सारिया अकैडमिया उस विच अपना बनता रोल अदा करने तैयार हैं। मैं ये समझता हाँ कि करंगीता ट्रस्ट बड़ू साहब की ये सेवा जी है ये आफर जी है सरकारां की ये बहुत ही शलाघाजोग कदम है यदि जिनी भी प्रशंसा की जा सके उन्नी थोड़ी है। मैं श्री अकाल तख्त साहब जी के जथेदार सिंह साहब ज्ञानी हरप्रीत सिंह जी को चेचे तौर पर बेनती करनी चाहना कि करंगीता ट्रस्ट बड़ू साहब के संचालक जड़े ने अजक संत बाबा इकबाल सिंह जी बड़ू साहब वाले उन्होंने श्री अकाल तख्त साहब वालों कोई विशेष सन्मान दिता जाना चाहिए क्योंकि वह केवल विद्या का प्रचार ही नहीं करते बल्कि बाणी के बाणे का भी प्रचार करते हैं। सिखी की चढ़ती कला विच बड़ा वड्डा योगदान इस संस्था वालों पाया जा रहा है। इन्हों का सन्मान करन दा मतलब जिहड़ा इन्हों एप्रीशिएट करना और जिस करके होर भी बहुत सारिया संस्थावां इस कदम इस तरह के होर भी कदम पुटन का यतन करन। वाहिगुरू जी का खालसा वाहिगुरू। बड़ू साहिब दीआं सारिया अकैडमीज नूं हस्पताल दे रूप दे विच तैयार करन दा जिहड़ा ऑफर है वह दिता साड़े क्योंकि इस टाइम सारे स्कूल बंद ने सारे स्कूल खाली पे ने खुदा ना खास जेकर कोई वड्डी आफत आती है तो बड़ू साहब वालों बहुत ही वधिया उपराला किया जा रहा है कि आइसोलेशन वार्ड बनाने पै सकते हैं या कोई भी प्रॉब्लम आ सकती है तो उस चीज़ नूं नजिठण दे लई उन्होंने पहला ही ऑफर किया है कि तुसी पंजाब दे विच या किते भी जिहड़ियां भी बड़ू साहिब दीआं अकैडमीज़ ने उन्हां नूं तुसी यूज़ कर सकते हो। अगली वीडियो एक NRI दी है क्योंकि अक्सर असीं घरां दे विच यही गल कह रहे हैं कि जिहड़ी भी कोई बाहरों आउंदा उस दे विच जिहड़े करोना वायरस दे लक्षण किते ना किते वेखण नूं मिलदे ने। हरेक गुरु घर दे विच इक अरदास नहीं कह सकते सी कि अनाउंसमेंट हुंदी आ सवेरे शाम कि पिंड दे विच शहर दे विच किते भी कोई जेकर बाहरों आया तो अपनी शनाखत जरूर करवा लवे एक बारी वो अपना चैकअप जरूर करवा लवे। सो एक माहौल जिहा बन गया समाज दे विच सारे लोग NRIs नाल जिहड़ा हैगा अपना राबता बनाउण तो बहुत डर रहे ने। सो बहुत सारिया अफवाहां ने जिहड़ियां सोशल मीडिया ते वह भी वेखण नूं मिलियां ने। सो इस बाबत एक NRI ने ही एक वीडियो भेजी है उन्हां दा की कहना आओ जानदे हां। मेरी हाथ जोड़ के पंजाबियों नूं बेनती है भी तुसी एक बंदे करके उन्हूं बीमारी लग गई करोना की बीमारी लग गई यदा मतलब ये थोड़ा ना सारे NRIs माड़े हो गए। अज मैं सोशल मीडिया से देख रहा तुसी हर एक बंदा पंजाबी गाला कढ़ रहे हो NRIs नूं चल माड़ा समा यह सारे लिए माड़ा समा है कल भारत लिए नहीं पंजाब लिए नहीं सारे वर्ल्ड च यह बीमारी समा माड़ा है लंघ जाना है पर थोड़े बोल कित यह ना हो तुसी इन्ना ज़्यादा माड़ा बोली जाने हो कि उन्होंने मुड़ के तुसी ये आखो भी यार तो असी तो बोलिया नहीं आ नहीं कर वो नहीं कर है ना मुड़ के वह समा नहीं आना तो कृपा करके मैं यही कहना है भी थोड़े ही भैन भाई नूं किसी का यार दोस्त है किसी का भैन भाई है किसी ताए चाचे चो है सारे थोड़े नापते हो वह हमेशा थोड़े दुख सुख च सांझ थोड़े नाल पाई है उन्होंने तो यह ना सोचो भी वो थोड़ा फिक्र नहीं करते फिक्र वो पंजाब सरकार नालों ज़्यादा कर रहे हैं। बेनती यही है भी तुसी संजम वरतो तो आपो आपका ध्यान रखो तो NRIs नूं माड़ा ना कहो तो यही बेनती है प्रवान करना तुसी सारे ने मेरी। पंजाबियो NRI ही थोड़े काम आएंगे। गल बिल्कुल सही है कि हरेक वक्त गल सियासत की हो गल समाज की हो गल किसी के दुख की हो तकलीफ की हो किसी की मदद की हो NRIs ने बहुत कुछ किया पंजाब के लिए बहुत कुछ कर रहे हैं। सो सबनों हाथ बन के यही बेनती है कि तुसी लोग अफवाहों ना फैलाओ अपने आप को बचा के रखो। मनिया कि साढ़े तो एक संकट आया होया पर कोई भी चीज़ है जड़ी वो हमेशा लिए नहीं रहती। सियाने कहते ने भी जे दिन है तो रात भी होनी है तो जे रात है तो दिन भी चढ़ता है। चलो फिर वधते हैं एक अगली वीडियो पर। जिवें कि तुहानू पता है करोना महामारी ने सारी दुनिया नू अपनी लपेट विच लै रख्या है। सो सलूट है जी उन्होंने डॉक्टर
जो अपनी जान खतरे में पा के अपने सारे की हिफाजत कर रहे हैं। तो सल्यूट है जी उस पंजाब पुलिस को जो अपनी जान खतरे में पा के लोगों को संदेश दे रहे हैं कि वो अपने घर रहन सुरक्षित रहन। सल्यूट है जी उन्होंने सफाई कर्मचारियों जो अपनी जान खतरे में पा के सारा काम पूरी ईमानदारी निभा रहे हैं। सो अपना ही फर्ज बनता है जी कि आप उन्होंने कानून की पालना करिए, उलंघना ना करिए, घर रहिए। सो अपनी छोटी जी रिक्वेस्ट है जी जो भी अपने नाल लगते गरीब परिवार ने दिहाड़ीदार ने तो उन्होंने थोड़ी थोड़ी मदद की जाए, उन्होंने रुजगार चलता रहे। इस लॉकडाउन के दौरान सब लोग इको ही गल कहते हुए नजर आ रहे ने कि तुसी सेफ रहो, सुरक्षित रहो, अपने घर के विच रहो। सो साडी भी वार वार तुहानू यही गुजारिश है जी कि जे नहीं सरदा तो घर का एक मैंबर बाहर जाए, ये ना हो कि असी एक जने की वजह करके या एक जने की गलती करके पूरे परिवार को ही इस महामारी की लपेट के विच लपेट दिए। सो सब ने अपनी अपनिया वीडियोज़ ने जड़ियाँ वो होर बना के भेजनिया ने, सब ने दसना है कि तुम लोग घर की कर सकते हो या की कर रहे हो, क्योंकि साढ़े दर्शकों के विचार साढ़े लिए बहुत ज़्यादा अहम ने। बहुत सारे दे मैसेज भी आते हैं तो उन्होंने यही अपील है कि सिर्फ लिख के तुम नहीं भेजना जी, तुम अपनी वीडियो बना के भेजनी है ताकि असी थानू अपने दर्शकों के नाल मिलाइए, असी दसीए कि ये साढ़े सज्जन प्यारे ने जिहड़े साढ़े चैनल नू वेखते ने, पसंद करते ने, साढ़े जिहड़े प्रोग्राम ने उन्होंने लाइक करते हैं। सो एक बार फिर दस दिनी हाँ कि 70096 56601 वार वार स्क्रीन पर जोड़ा नंबर है या फ्लैश हो रहा है, तुम इस नंबर पर ही अपन वीडियोज़ ने जड़िया वो बना के भेजनिया ने। सो मिलेंगे जी आप अगले एपीसोड के कुछ होर नवी वीडियोज़ के नाल, तद तक के लिए मैनू यानी कि नवदीप धालीवाल तो इजाजत, सत श्री अकाल। हुण तुसी देख सकते हो ग्लोबल पंजाब टीवी नू, डाउनलोड करो साडी ऐप एंड्रॉयड जा iOS ते फ्री विच रोकू अते Amazon Fire TV ते जा Apple TV ते, नाल ही देख सकते हो लाइव स्ट्रीमिंग www.globalpunjabtv.com ते।